ਮੰਗਟ ਨੇ 11 ਪਿੰਡ ਨੇ ਛੋਟੇ ਮੰਗਟਾਂ ਦੇ, ਹਾਂ ਉੱਥੇ ਇਹ ਮੰਗਟੇ ਤੇ ਦੂਜਾ ਤੁਹਾਨੂੰ ਬੀਜਾ ਬੀਜੇ ਦੇ ਨਾਲ ਹੈ ਨਾ ਕੋਰਟ, ਆ ਚਾਰ ਮੰਗਟ ਮੇਰੇ ਨਾਨਕੇ ਵੀ ਮੰਗਟ ਨੇ ਨਾ, ਡਾਇਰੈਕਟਰ ਜਨਰਲ ਪੁਲਿਸ ਹੋਏ ਨੇ ਮੰਗਟ, ਦਲਵੀਰ ਸਿੰਘ ਮੰਗਟ ਉਹ ਕੋਰਟ ਤੇ ਸੀ ਮਾਮਾ ਮੇਰਾ। ਅੱਛਾ ਹਾਂ, ਤੇ ਹੁਣ ਮੁੰਡਾ ਉਹਦਾ ਹੈਗਾ ਕਮਿਸ਼ਨਰ ਪਟਿਆਲੇ। ਠੀਕ ਹੈ, ਜਿਹੜੀ ਉਹਨਾਂ ਦੀ ਹੱਥ ਨਾਲ ਲਿਖੀ ਹੋਈ ਆ ਨਾ ਕਿਤਾਬ ਅਸਲੀ, ਉਹ ਮੇਰੇ ਕੋਲ ਆ ਹੱਥ ਦੀ ਲਿਖੀ ਹੋਈ ਉਹਨਾਂ ਦੀ ਕਿਤਾਬ, ਉਹ ਮੇਰੇ ਕੋਲ ਪਈ ਆ, ਮੈਂ ਲਿਆਂਦੀ ਹੋਈ ਆ, ਮੇਰੇ ਕੋਲ ਪਈ ਆ ਉਰਦੂ ਚ ਲਿਖੀ। ਅੱਲਾ ਦਾ ਸ਼ੁਕਰ ਆ ਸਾਰੇ, ਤੁਸੀਂ ਸੁਣਾਓ ਕਿਵੇਂ, ਹੁਣ ਕਿਹੜੀ ਜਗ੍ਹਾ ਰਹਿੰਦੇ ਹੋ? ਠੀਕ ਬਸ ਆਰਾਮ ਦੇ ਨਾਲ ਤੇ ਜਾਈਦਾ, ਪਿੰਡ ਗੇੜਾ ਮਾਰਿਆ ਜਾਈਦਾ, ਤੇ ਹੁਣ ਉੱਥੇ ਹੈ ਨੀ ਗਾ ਕੋਈ, ਇੱਕੋ ਸੀਗਾ ਉਹ ਆਪਣੇ ਸੁਲਤਾਨਪੁਰ ਵਾਲਾ ਸੀਗਾ ਤੁਹਾਡਾ, ਉਹ ਮਾਮੇ ਨੂੰ ਉਹਨੇ ਅਬਦੁਲ ਸਤਾਰ ਨੂੰ ਮਿਲਾਤਾ ਸੀ, ਇਹਦਾ ਦੋਸਤ ਹੁੰਦਾ ਸੀ ਤੇ ਲੰਮਾ ਜਿਹਾ ਸੀ ਉਹ ਈਸ਼ਰ, ਉਹ ਮਿਲਾਤਾ ਸੀ ਸੁਲਤਾਨਪੁਰ ਵਾਲਾ। ਫਿਰ ਜਸਪਾਲੋਂ ਵਾਲਾ ਭਾਨ ਸੀਗਾ, ਉਹ ਮਿਲਾਤਾ ਸੀ ਮਾਮੇ ਨੂੰ ਅਬਦੁਲ ਸਤਾਰ ਨੂੰ, ਤੇ ਉਹ ਸਾਰਾ ਇਹਨੇ ਫਿਰ ਪਿੰਡ ਦੇਖਿਆ, ਇਕੱਲਾ ਇਕੱਲਾ ਘਰ ਦੇਖਿਆ ਜਿਹੜਾ ਇਹਨਾਂ ਦਾ ਆਪਣਾ ਘਰ ਸੀ, ਉਹਦੇ ਚ ਬੈਠ ਕੇ ਉਹਨਾਂ ਨਾਲ ਗੱਲਾਂ ਕਰਕੇ ਆਇਆ ਤਾਂ ਘੰਟਾ। ਅੱਛਾ, ਹਾਂ ਫਿਰ ਉਹ ਜਿਹੜਾ ਯੂਸਫ ਉਹਨਾਂ ਦਾ ਘਰ ਸੀਗਾ, ਉਹਦੇ ਬਾਰੇ ਇੱਕ ਬੰਦੇ ਨੇ, ਉਹਦੇ ਮੈਨੂੰ ਬੰਦੇ ਨੇ ਕਿਸੇ ਨੇ ਪੁੱਛਿਆ, ਕਹਿੰਦਾ ਮੂਹਰੇ ਜਗ੍ਹਾ ਪਈ ਆ ਖਾਲੀ, ਇਹ ਕਿਉਂ ਖਾਲੀ ਆ? ਫਿਰ ਮੈਂ ਇਹਨੂੰ ਪੁੱਛ ਕੇ ਦੱਸਿਆ, ਉਹ ਕਹਿੰਦਾ ਉੱਥੇ ਕੋਈ ਐਸੀ ਗੱਲ ਨੀ ਹੈਗੀ, ਉੱਦਾਂ ਖਾਲੀ ਹੋਈ ਪਈ ਆ, ਉਹ ਪਰ ਮੁੜ ਤੋਂ ਹੀ ਕਿਸੇ ਨੇ ਬਣਾਇਆ ਹੀ ਨੀ ਸੀ ਉਦਾਂ ਹੀ। ਤੇ ਬਾਕੀ ਆ ਗੁਰਦੁਆਰਾ ਤੇ ਮਸੀਤ ਆ ਦੋਨੋਂ, ਇੱਕ ਦਰਵਾਜ਼ਾ ਬਾਹਰੋਂ ਗੇਟ ਆ, ਅੰਦਰ ਦੋ ਨੇ, ਉਹ ਇਸ ਤਰ੍ਹਾਂ ਬਣਾਇਆ ਹੋਇਆ ਉਹਨਾਂ ਨੇ, ਉਸੇ ਤਰ੍ਹਾਂ ਰੱਖਿਆ। ਫਿਰ ਅਬਦੁਲ ਸਾਹਿਬ ਨਮਾਜ਼ ਵੀ ਪੜ੍ਹ ਕੇ ਆਇਆ। ਅੱਛਾ, ਅੰਦਰ ਹਾਂ, ਸੋ ਮੈਨੂੰ ਤਾਂ ਇਹ ਕਹਿੰਦਾ ਕਹਿੰਦਾ ਇੱਕ ਵਾਰੀ ਦਿਖਾ ਦਿੱਤੇ। ਠੀਕ ਹੈ, ਤੇ ਮੈਂ ਕਿਹਾ ਤੇਰਾ ਵੀਜ਼ਾ ਨੀ ਲੱਗਣਾ ਹੈਗਾ ਕਿਉਂਕਿ ਤੂੰ ਮਿਲਟਰੀ ਚ ਸੀਗਾ। ਫਿਰ ਉਹਨੂੰ ਦੱਸਿਆ ਆਪਣੇ ਰੋਜ਼ ਰੀਫ ਸਰਾਂ ਆਇਆ, ਫਿਰ ਸਰਾਂ ਤੋਂ ਸੀ ਕਰਕੇ ਸੀ ਅਜੇ ਵੀ ਨਾ ਦੇਖਿਆ, ਅਜੇ ਵੀ ਪੁੱਤਰ ਆਪਣਾ ਬਤਰ ਯਾਦ ਆਉਂਦਾ, ਉਹਨਾਂ ਨਾਲ ਮੁਹੱਬਤੀ ਉਹ ਮੈਂ ਪਿਆਰ ਹੈ। ਮੈਂ ਜਾਂਦਾ ਉਹਨਾਂ ਕੋਲੇ ਜਾਂਦਾ, ਹਾਂ ਉੱਥੇ ਜਾਂਦਾ ਹੈ 94 ਚ ਉੱਥੇ ਰਹਿੰਦਾ, ਫਿਰ ਉਹ ਸਾਰਿਆਂ ਨੂੰ ਬਸ ਮਿਲ ਕੇ ਫਿਰ ਮੈਂ ਜਾਂਦਾ ਹੁੰਦਾ, ਆ ਕੇ ਰਹਿਣਾ ਮੈਂ ਜ਼ਿਆਦਾ ਹੈਗਾ ਪੀਰ ਮਹਲ। ਅੱਲਾ ਖੈਰ ਰੱਖੇ ਨਾ, ਜੇ ਹੋਣਾ ਮੈਂ ਪੀਰ ਮਹਲ ਤੇ ਸਾਡਾ ਅੰਮ੍ਰਿਤਸਰ ਤੋਂ ਉਤਰਿਆ ਮੈਂ ਫਲਾਈਟ ਤੋਂ, ਸਿੱਧਾ ਮੈਂ ਲਾਹੌਰ ਆਪਣੇ ਯੂਸਫ ਦੀ ਲੜਕੀ ਆ ਨਾ ਉੱਥੇ ਜਿਹੜੀ,
ਸੁਲਤਾਨਾ ਉਹਨੂੰ ਮਿਲ ਕੇ ਤੇ ਫਿਰ ਮੁੜ ਕੇ ਫਿਰ ਵਾਪਸ ਆ ਗਿਆ ਸੀ। ਠੀਕ ਹੈ। ਉਹਦਾ ਘਰ ਵਾਲਾ ਸ਼ੇਸ਼ਨ ਜੱਜ ਸੀਗਾ, ਹੁਣ ਉਹ ਰਿਟਾਇਰ ਹੋ ਗਏ ਨੇ। ਯੂਸਫ ਦਾ ਜਵਾਈ, ਯੂਸਫ ਦਾ ਜਵਾਈ ਜਿਹੜਾ, ਅੱਛਾ, ਉਹਨਾਂ ਦੇ ਦੋ ਜਵਾਈ ਨੇ, ਉਹ ਵੀ ਤੁਹਾਡੇ ਜੱਜ ਨੇ। ਠੀਕ ਹੈ। ਤੇ ਮੁੰਡਾ ਹਾਈ ਕੋਰਟ ਦੇ ਵਿੱਚ ਲਾਹੌਰ ਵਕੀਲ ਆ। ਅੱਛਾ। ਉਹਨਾਂ ਦਾ ਸਾਰੇ, ਮੈਂ ਤਾਂ ਹੁਣ ਤਾਂ ਜਦੋਂ ਮੈਂ ਇੱਥੇ ਵਾਹਕੇ ਬਾਰਡਰ ਤੇ ਆਉਂਦਾ, ਮੈਨੂੰ ਤੁਹਾਡੇ ਇਮੀਗ੍ਰੇਸ਼ਨ ਵਾਲੇ ਸਾਰੇ ਜਾਣਦੇ ਆ। ਠੀਕ ਹੈ। ਕਿਉਂਕਿ ਇੰਨੀ ਵਾਰੀ ਆਉਂਦਾ ਤੇ ਉਹੀ ਬੰਦੇ ਹੁੰਦੇ ਆ ਉੱਥੇ। ਬਾਕੀ ਬੜੀ ਖੁਸ਼ੀ ਹੋਈ ਆ ਕਿ ਸਾਡੇ ਪੁਰਾਣੇ ਬੰਦੇ ਸਾਨੂੰ ਮੈਨੂੰ ਲੱਭ ਗਏ ਆ। ਮੈਨੂੰ ਆਪ ਬੜੀ ਖੁਸ਼ੀ ਜਦ ਦੱਸਿਆ ਨਾ ਪਟਵਾਰੀ ਨੇ, ਮੈਨੂੰ ਬੜਾ ਚਾਅ ਚੜਿਆ ਵੀ ਸਾਡਾ ਗਵਾਂਢੀ ਬਾਹਾ ਮਿਲਿਆ ਜਸਪਾਲੋਂ ਦਾ ਮੁੰਡਾ। ਇਹ ਜਿਹੜੇ ਸੀ ਨਾ ਰਣਜੀਤ ਸਿੰਘ, ਦਾਦਾ ਸੀ ਮੇਰਾ, ਇਹਨੇ ਸਕੂਲ ਬਣਾਇਆ ਉਹ ਵੀ। ਤੇ ਫਿਰ ਤੁਸੀਂ ਉਹਨੂੰ ਜਾਣਦੇ, ਝੰਡੂ ਹੁੰਦਾ ਸੀ ਆਪਣੇ ਚੱਕ ਵਾਲਾ। ਹਾਂਜੀ, ਚੱਕ ਦਾ ਝੰਡੂ, ਝੰਡੂ ਗੁੱਦਰ। ਹਾਂ, ਉਹਦਾ ਪੱਠਾ ਸੀਗਾ ਨਾ। ਹਾਂ ਹਾਂ ਹਾਂ। ਉਹ ਜਿੱਦਣ ਗਿਆ ਜਿਹੜਾ ਦਾਦਾ ਸੀ ਮੇਰਾ ਈਸ਼ਰ ਸਿੰਘ, ਉਹਨਾਂ ਨੇ ਬਹੁਤ ਉਹਨੂੰ ਕਿਹਾ ਵੀ ਨਹੀਂ ਜਾਣਾ। ਅੱਛਾ। ਪਰ ਉਹ ਚਲਾ ਗਿਆ, ਕਹਿੰਦਾ ਜਦੋਂ ਨਾ ਉਹ ਹਟਿਆ, ਕਹਿੰਦਾ ਚੰਗਾ ਫਿਰ, ਉਹ ਇਹਨਾਂ ਦਾ ਦੋਸਤ ਸੀ, ਕਹਿੰਦਾ ਚੰਗਾ ਫਿਰ ਕੋਈ ਨਿਸ਼ਾਨੀ ਤਾਂ ਦੇ ਜਾ। ਉਹ ਇੱਕ ਉਹਦੇ ਕੋਲ ਪਿੱਤਲ ਦਾ ਲੋਟਾ ਸੀ। ਅੱਛਾ। ਛਤਰੀ ਇੱਥੇ ਲਿਆ ਕੇ ਰੱਖਿਆ ਮੈਂ, ਉਹਨਾਂ ਦੀ ਨਿਸ਼ਾਨੀ ਆ। ਹਾਂਜੀ। ਤੇ ਜਿਹੜਾ ਝੰਡੂ ਦਾ ਟੱਬਰ ਆ, ਉਹ ਨਨਕਾਣਾ ਸਾਹਿਬ ਦੇ ਨਾਲ ਸਰਕਾਰੀ ਖੂਹ ਪਿੰਡ ਉੱਥੇ ਰਹਿੰਦੇ ਆ। ਅੱਛਾ, ਠੀਕ ਹੈ। ਸਰਕਾਰੀ ਖੂਹ ਆ ਕੋਈ 2 ਕਿਲੋਮੀਟਰ ਤੇ 3 ਦੇ ਉੱਥੇ ਨਨਕਾਣਾ ਸਾਹਿਬ ਤੋਂ ਤੇ ਉੱਥੇ ਤੇ ਬਲਵੰਤ ਸਿੰਘ ਤਾਂ ਚਲਾ ਗਿਆ, ਉਹਦਾ ਮੁੰਡਾ ਵੀ ਮਰ ਗਿਆ। ਅੱਛਾ। ਤੇ ਅਸਲੀ ਤਾਂ ਇਹ ਬਦਮਾਸ਼ ਤਾਂ ਇਹੀ ਸੀ। ਤੇ ਫਿਰ ਝੰਡੂ ਨੇ ਜਾ ਕੇ ਰਾਮਪੁਰ ਉੱਤੇ ਲਿਲਾਮੀ ਕਰਕੇ ਪੈਸੇ ਪਹਿਲੇ ਲਾਇਆ, ਲਿਲਾਮੀ ਕਰਨ ਵਾਲੇ ਬਾਅਦ ਚ ਆਉਣਾ ਸੀ। ਅੱਛਾ। ਉਹਦੇ ਤੋਂ ਫਿਰ ਜਲਦਾ ਰਣਜੀਤ ਸਰ ਬਚਾਇਆ ਉਹਨੂੰ। ਠੀਕ ਹੈ। ਅੱਲਾ ਹਿਆਤੀ ਤੰਦਰੁਸਤੀ। ਹੋਰ ਤਾਂ ਆਪਣੇ ਬਸ ਉਹੀ ਕੁਛ ਹੈਗਾ, ਪਿੰਡ ਠੀਕ ਹੈ, ਸੜਕਾਂ ਪੱਕੀਆਂ ਨੇ, ਕੋਈ ਐਸਾ ਨਹੀਂ ਹੈਗਾ। ਬਾਕੀ ਡਿਵੈਲਪਮੈਂਟ ਬਹੁਤ ਹੋ ਗਈ, ਹੁਣ ਟਿੱਬੀ ਦੇ ਵਿੱਚ ਤਾਂ ਫੈਕਟਰੀਆਂ ਲੱਗ ਗਈਆਂ ਆਪਣੇ ਜੀ ਟੀ ਰੋਡ ਤੇ। ਹਾਂ ਹਾਂ ਹਾਂ। ਉੱਥੇ ਜਾਂ ਜਗ੍ਹਾ ਰਹੀ ਨਹੀਂ। ਇੱਥੇ ਵੀ ਇਹ ਰੋਡ, ਉਹ ਜਿਹੜਾ ਦਿੱਲੀ ਵਾਲਾ ਨਾ, ਸਾਡੇ 2 ਕੁ ਮੀਲ ਤੇ ਦੱਖਣ ਵਾਲੇ ਪਾਸੇ ਦੀ ਟੱਪਦਾ ਹੈ, ਜਿਹੜਾ ਜਸਪਾਲੋਂ ਦੇ ਕੋਟਾ ਦੇ ਕੋਲ ਨਹੀਂ ਲੱਗਦਾ ਨਹੀਂ ਤਾਂ ਸੜਕ ਦਿੱਲੀ ਕਰਾਚੀ, ਦਿੱਲੀ ਤੇ ਕਰਾਚੀ। ਅੱਛਾ। ਜਹਾਂਗੀਰ ਆ, ਇਹ ਸਰਾਏ ਦੇ ਵਿੱਚ ਜਹਾਂਗੀਰ ਰਿਹਾ ਹੈਗਾ 6 ਸਾਲ। ਅੱਛਾ। ਹਿੰਦੁਸਤਾਨ ਦੀ ਰਾਜਧਾਨੀ ਰਹੀ ਆ ਇਹ ਸਰਾਏ 6 ਸਾਲ। ਠੀਕ। ਛੇਵੇਂ ਗੁਰੂ ਜਹਾਂਗੀਰ ਨਾਲ ਸੀਗੇ, ਜਦ ਬਗਾਵਤ ਕਰਕੇ ਦੁਬਾਰਾ ਦਿੱਲੀ ਦਾ ਤਖ਼ਤ ਹੋ ਜਾਂਦੇ ਆ। ਠੀਕ। ਉਸ ਵੇਲੇ ਜਹਾਂਗੀਰ ਦੇ ਨਾਲ ਸੀ ਇਹ,
ਜਗ੍ਹਾ ਨਿਕਲੀ ਆ ਉੱਥੋਂ ਨਾਲ ਟੋਲ ਬਣਾ ਤਾ ਤੇ ਜਿਹੜੀ ਸਰਾਏ ਆ ਉਹਨੂੰ ਦੁਬਾਰਾ ਪੱਧਰ ਕਰਨ ਪਏ ਨੇ। ਅੱਛਾ, ਉਸ ਤਰ੍ਹਾਂ ਜਿਵੇਂ ਪਹਿਲਾਂ ਸੀ ਰੱਖਣੀ ਆਏ ਹੁਣ ਸਾਡੇ ਵੀ ਆਪਣੇ ਬਹੁਤ ਵਧੀਆ ਦਿਨ ਪੁੱਤ ਲੰਘਦੇ ਤੇ ਪਤਾ ਹੀ ਨੀ ਤਾਂ ਰਣਜੀਤ ਸਿੰਘ ਸੀਗਾ ਵੱਡਾ ਸਾਰਿਆਂ ਤੋਂ, ਸਕੂਲ ਬਣਾਏ ਸਕੂਲ ਬਣਾਇਆ ਸੀ ਉਹ ਵੀ ਕੁਸ਼ਤੀਆਂ। ਫਿਰ ਇੱਧਰ ਲੋਪੋ ਇੱਕ ਲੋਪੋ ਨਾਲ ਨਾਲ ਸਾਡੇ ਡੇਰੇ ਦੇ ਉੱਤੇ ਮੇਲਾ ਲੱਗਦਾ ਸੀ, ਉੱਥੇ ਦੌੜਾਂ ਹੁੰਦੀਆਂ ਸੀ ਗੱਡੀਆਂ ਦੀਆਂ, ਲੋਪੋ ਵੀ ਲੱਗਦਾ ਤਾ ਇੱਕ ਦਿਸਪਾਓ ਵੀ ਮੇਲਾ ਮਾੜੀ ਦਾ ਮੇਲਾ ਲੱਗਦਾ ਤਾ ਨਾਲ ਪਾਲ ਲੈਣ ਟੱਪ ਕੇ ਜਸਪਾਲੋਂ ਪਰ ਅੱਧਾ ਜਸਪਾਲੋਂ ਅੱਧਾ ਤਮਕੌਦੀ ਦੀ ਜ਼ਮੀਨ ਸੀ ਮੇਰੇ ਦੇ ਕੋਲ, ਉੱਥੇ ਬਣਿਆ ਸੀ। ਫਿਰ ਉਹ ਲੋਕੀ ਕਿਸੇ ਕੋਲ ਗੱਡੀ ਹੋ ਗਈ ਕਿਸੇ ਕੋਲ ਜਾਂਦੇ ਨੀ ਸੀ, ਫਿਰ ਇਹਨਾਂ ਨੇ ਠੇਕੇ ਤੇ ਦੇ ਕੇ ਬੰਦ ਕਰਤਾ ਸੀ। ਪੈਂਤੀ ਚਾਲੀ ਸਾਲ ਚੱਲਦਾ ਰਿਹਾ ਉਹ ਸਟੇਸ਼ਨ। ਬਾਕੀ ਦੇਖੋ ਹੁਣ ਜੇ ਮੈਨੂੰ ਪਹਿਲਾਂ ਪਤਾ ਹੁੰਦਾ, ਮੈਂ ਤਾਂ ਇੱਥੇ 25-30 ਸਾਲ ਤੋਂ ਆ ਕੇ ਜਾਂਦਾ ਹੈਗਾ ਲਾਹੌਰ। ਅੱਛਾ, ਅੱਲਾ ਹਯਾਤੀ ਤੰਦਰੁਸਤੀ ਰੱਖੇ, ਜਿੱਦਣ ਹੁਣ ਆਇਆ ਤੂੰ ਸਾਨੂੰ ਵੀ ਮਿਲ ਕੇ ਆਈ, ਆ ਚੱਕ ਦਾ ਪਟਵਾਰੀ ਕੋਈ ਪੁੱਛੀ ਸਾਰਾ ਮਸਲਾ। ਬਾਕੀ ਇਹਨਾਂ ਨੂੰ ਚੌਧਰੀ ਸਾਹਿਬ ਨੂੰ ਦੱਸ ਦਿਓ ਵੀ ਮੇਰੇ ਨਾਲ ਰੱਖਣ ਰਾਬਤਾ। ਨਾਂ ਆਪਣਾ ਆਪਣਾ ਨਾਂ ਕੀ ਹੈ ਜੀ? ਮੇਰਾ ਨਾਂ ਜਗਪਾਲ ਸਿੰਘ। ਜਗਮਾਨ ਸਿੰਘ ਮੇਰਾ ਨਾਂ ਹੈ ਅਬਦੁਲ ਗਫੂਰ। ਆਹ ਉਹ ਮੈਂ ਲਿਖਿਆ ਲਿਖ ਲਿਆ ਲਿਖਿਆ ਹੋਇਆ। ਈਸ਼ਰ ਸਿੰਘ ਮੇਰਾ ਦਾਦਾ ਸੀ। ਹਾਂਜੀ, ਈਸ਼ਰ ਸਿੰਘ ਸਕਾ ਦਾਦਾ ਸੀ ਮੇਰਾ। ਅੱਛਾ ਠੀਕ ਹੈ। ਬਰਿਆਮ ਸਿੰਘ, ਹਰਨਾਮ ਸਿੰਘ, ਈਸ਼ਰ ਸਿੰਘ, ਹਰਨਾਮ ਸਿੰਘ, ਬਰਿਆਮ ਸਿੰਘ ਤਿੰਨ ਭਰਾ ਸੀ ਨਾ ਇਹ। ਹਾਂ ਹਾਂ ਹਾਂ। ਤੇ ਇਹ ਜਿਹੜਾ ਜੈਲਦਾਰ ਸੀ ਇਹਨਾਂ ਦੇ ਤਾਏ ਦਾ ਪੁੱਤ ਸੀ, ਇਹਦਾ ਹੈ ਨਹੀਂ ਸੀ ਕੋਈ ਜਵਾਕ, ਹੈ ਨਹੀਂ ਸੀ ਇਹਦੇ। ਠੀਕ ਹੈ। ਚਲੋ ਓਕੇ, ਫਿਰ ਮਿਲਦੇ ਹਾਂ ਤੁਹਾਨੂੰ ਆ ਕੇ ਤੇ ਫਿਰ ਗੱਲ ਕਰ ਲਾਂਗੇ। ਤੇ ਬਾਕੀ ਰੱਬ ਰਾਖਾ ਤੇ ਲਓ ਫੜਾਓ ਇਹਨਾਂ ਨੂੰ। ਲਓ ਜੀ ਸਰ ਜੀ, ਖੁਸ਼ ਹੋ ਗਏ ਜਨਾਬ ਤੁਸੀਂ? ਬਹੁਤ ਖੁਸ਼, ਬਹੁਤ ਯਾਦਾਂ ਤੁਹਾਨੂੰ ਸਾਡੇ ਬਣਾ ਤੇ ਬੰਦੇ, ਮੈਂ ਤਾਂ ਲੱਭਦਾ ਰਹਿੰਦਾ ਹੈਗਾ ਆ ਕੇ। ਬਾਬਾ ਜੀ ਵੀ ਵੇਖ ਕਿਵੇਂ ਖੁਸ਼ ਹੁੰਦਾ, ਬੜਾ ਖੁਸ਼ ਹੋਈ ਜੀ। ਬੜੇ ਖੁਸ਼ ਹੋਏ ਆ ਜੀ, ਸਾਡੇ ਆਪਣੇ ਆ ਫੇਰ, ਸਾਡੀਆਂ ਤਾਂ ਦੋ ਨੇ, ਇੱਕ ਤਾਂ ਸਾਡੇ ਇਹ ਪਿੰਡ ਦੇ ਜੀ 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 ਨੰਬਰ 2 ਹੈ ਮਾਗਟ, ਮੇਰੀ ਮਾਂ ਮਾਗਟ। ਅੱਛਾ, ਲੈ ਗੋਤ ਵੀ ਨਿਕਲ ਆਇਆ ਜੀ। ਗੋਤ ਆ, ਮੈਂ ਉਹੀ ਦੱਸਦਾ ਸਹੀ। ਸੋ ਇਸ ਕਰਕੇ ਖੁਸ਼ੀ ਕਿਵੇਂ ਕਹਿਣਾ, ਬੜੇ ਨਾਨਕੇ ਮਾਗਟ ਨੇ। ਹਾਂ ਬਿਲਕੁਲ ਬਿਲਕੁਲ, ਮੈਂ ਤਾਂ ਜਦੋਂ ਵੀ ਮੈਂ ਇੰਡੀਆ ਆਉਂਦਾ ਮੈਂ ਇੱਧਰ ਆਖਦਾ ਸਾਰੇ ਨਾਲ ਹੀ ਮਿਲ ਕੇ ਜਾਂਦਾ। ਬੜੀ ਗੱਲ ਹੈ ਜੀ, ਹੁਣ ਜ਼ਰੂਰ ਆਇਓ ਜੀ, ਬਾਬਾ ਜੀ ਨੂੰ ਮਿਲਿਓ, ਸਾਨੂੰ ਵੀ ਮਿਲਿਓ। ਮੈਂ ਦੱਸਿਆ ਹੈ ਮਾਮ,
ਮੈਂ ਜ਼ਿਆਦਾ ਆ ਕੇ ਪੀਰ ਮਹਿਲ ਰਹਿਣਾ।